ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਦੇ ਨਜ਼ਦੀਕ ਪਿੰਡ ਸਹਾਰੀ ਦੇ ਇੱਕ ਗਰੀਬ ਕਿਸਾਨ ਕਸ਼ਮੀਰ ਸਿੰਘ ਪੁੱਤਰ ਚੰਨਣ ਸਿੰਘ ਦੀ ਕਿਸਾਨਾਂ ਵੱਲੋਂ ਨਾੜ ਨੂੰ ਲਾਈ ਗਈ ਅੱਗ ਦੀ ਵਜ੍ਹਾ ਨਾਲ ਕਰੀਬ 110 ਟਰਾਲੀਆਂ ਤੂੜੀ ਫੜ ਕੇ ਸਵਾਹ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗਰੀਬ ਕਿਸਾਨ ਨੇ ਦੱਸਿਆ ਕਿ ਉਹ ਪਿੰਡ ਸਹਾਰੀ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਹੈ ਤੇ ਉਸਦੀ ਆਪਣੀ ਜ਼ਮੀਨ 2 ਏਕੜ ਹੈ ਤੇ ਉਸ ਵੱਲੋਂ ਕਣਕ ਦਾ ਨਾੜ ਮੁੱਲ ਲੈ ਕੇ ਮਹਿੰਗੇ ਭਾਜੀ ਕਰੀਬ 110 ਟਰਾਲੀਆਂ ਤੂੜੀ ਬਾਹਰ ਖੇਤਾਂ ਵਿੱਚ ਬਣੇ ਸ਼ੈਡ ਵਿੱਚ ਜਮ੍ਹਾਂ ਕੀਤੀ ਹੋਈ ਸੀ ਤੇ ਪਿੰਡ ਬਾਂਗੋ ਵਾਲੀ ਸਾਈਡ ਤੋਂ ਕਿਸਾਨਾਂ ਵੱਲੋਂ ਨਾੜ ਨੂੰ ਲਾਈ ਗਈ ਅੱਗ ਅਤੇ ਤੇਜ਼ ਹਵਾ ਹੋਣ ਦੇ ਕਾਰਨ ਇਸ ਸ਼ੈਡ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਗਿਆ ਤੇ ਉਹਨਾਂ ਦੀ ਸਾਰੀ ਸਾਰੀ ਤੂੜੀ ਫੜ ਕੇ ਸਵਾਹ ਹੋ ਗਈ। ਉਹਨਾਂ ਦੱਸਿਆ ਕਿ ਇਸ ਸੰਬੰਧ ਵਿੱਚ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਜਿਨ੍ਹਾਂ ਵੱਲੋਂ ਮੌਕੇ ਤੇ ਪਹੁੰਚੇ ਬੜੀ ਮੁਸ਼ਕਤ ਦੇ ਨਾਲ ਅੱਗ ਤੇ ਕਾਬੂ ਪਾਇਆ ਗਿਆ ਪਰ ਉਹਨੇ ਚਿਰ ਤੱਕ ਉਹਨਾਂ ਦੀ ਸਾਰੀ ਸਾਰੀ ਤੂੜੀ ਫੜ ਕੇ ਸਵਾਹ ਹੋ ਚੁੱਕੀ ਸੀ। ਪੀੜਿਤ ਕਿਸਾਨ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹੇ ਦੇ ਡੀਸੀ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੀ ਮਾਲੀ ਮਦਦ ਕੀਤੀ ਜਾਵੇ। ਬਿਊਰੋ ਰਿਪੋਰਟ ਆਲ ਪੰਜਾਬ ਨਿਊਜ਼। ਨਾਮਦੀਪ ਸਿੰਘ ਪਿੰਡ ਸਹਾਰੀ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਆ। ਸਾਡੇ ਵੀਰ ਜੀ ਮਹਾਤਰ ਕਿਸਾਨ ਨੇ ਇਹਨਾਂ ਨੇ ਤੂੜੀ ਦੀ 100 ਕੁ ਟਰਾਲੀ ਸੀ ਪਹਿਲੀ ਘਾਟੇ ਦੇ ਕੋਲ 2 ਕੁ ਨੇ ਪਹਿਲੀ ਸਾਰੀ ਅਤੇ ਬਾਕੀ ਨਾਰ ਮੁੱਲ ਲਿਆ ਰੀਪਰ ਸੀ ਇਹਦੇ ਕੋਲ ਵਿਚਾਰੇ ਕੋਲੋਂ। ਅੱਛਾ ਜੀ। ਅਤੇ ਇੱਧਰੋਂ ਬੰਗਵਾਣੀ ਵੱਲੋਂ ਆਈ ਅੱਗ। ਅੱਛਾ ਜੀ। ਉਹ ਸਾਰੀ ਸਾਈਡ ਨੂੰ ਅੱਗ ਪੈ ਗਈ ਅਤੇ ਬੁਝਾਈ ਨਹੀਂ ਗਈ ਅਤੇ ਉਹ ਸਾਰੀ ਦੀ ਸਾਰੀ ਤੂੜੀ ਜਿਹੜੀ ਆ ਉਹ ਸੜ ਕੇ ਸਵਾਹ ਹੋ ਗਈ। ਤੇ ਕੀ ਮੰਗ ਕਰਨਾ ਚਾਹੁੰਦੇ ਹੋ? ਗੇਟ ਵੀ ਆਈ ਆ। ਹਾਂਜੀ। ਮੌਕੇ ਆ ਤੇ ਜੀ। ਹਾਂਜੀ। ਅਸੀਂ ਇਹ ਮੰਗ ਕਰਦੇ ਹਾਂ ਡੀਸੀ ਸਾਹਿਬ ਤੋਂ ਵੀ ਇਹ ਮਹਾਤਰ ਕਿਸਾਨ ਆ ਅਤੇ ਇਹਦੀ ਵੱਧ ਤੋਂ ਵੱਧ ਜਿਹੜੀ ਆ ਮਦਦ ਕੀਤੀ ਜਾਵੇ। ਬਾਬਾ ਜੀ ਕੀ ਕਹਿਣਾ ਚਾਹੁੰਦੇ, ਕੀ ਗੱਲ ਹੋਈ ਹੈ? ਨਾੜ ਮੁੱਲ ਲਿਆ ਸੀ ਜੀ। ਸਾਰੀ ਲੂਸ ਗਈ ਹੈ ਜੀ। ਸਾਰੀ ਲੂਸ ਗਈ। ਕੀ ਸਰਕਾਰ ਕੋ ਮੰਗ ਕਰਨੀ ਚਾਹੁੰਦੇ? ਮੰਗ ਕਰਨੀ ਗਰੀਬ ਦੀ ਕੋਈ ਸਹਾਇਤਾ ਕਰੀ ਜਾਏ। ਬਾਪੂ ਜੀ ਹੁਣ ਅੱਗੇ ਤੂੜੀ, ਫਿਰ ਹੁਣ ਤੂੜੀ ਦਾ ਤਾਂ ਸੀਜ਼ਨ ਖਤਮ ਹੋ ਗਿਆ, ਤੂੜੀ ਕਿਵੇਂ ਲਓਗੇ, ਕਿੱਥੋਂ ਲਓਗੇ? ਤੂੜੀ ਹੁਣ ਕਿਤੇ ਕਿਸੇ ਰਿਸ਼ਤੇਦਾਰ ਕੋਈ ਮੰਗਣੀ ਪੈਣੀ ਹੈ ਜਾਂ ਕਿਤੇ ਮੁੱਲ ਲੈਣੀ ਪੂਰੇ। ਇਹ ਨਾਰ ਸਾਰਾ ਮੁੱਲ ਲਿਆ ਜੀ? ਹਾਂਜੀ, ਮੁੱਲ ਲਿਆ ਜੀ। ਠੀਕ ਹੈ ਜੀ। ਆਪਾਂ 20-25 ਮਿੰਟਾਂ 'ਚ ਪਹੁੰਚ ਗਏ ਹਾਂ ਅਤੇ ਮੇਰਾ ਨਾਮ ਸਾਗਰ ਸ਼ਰਮਾ ਵਾ, ਨਾਲ ਮੇਰੇ ਫਾਇਰਮੈਨ ਆ ਸੰਦੀਪ ਸਿੰਘ ਅਤੇ ਡਰਾਈਵਰ ਆਇਆ ਪ੍ਰਦੀਪ ਕੁਮਾਰ ਅਤੇ ਮੌਕੇ 'ਤੇ ਆਪਾਂ ਪਹੁੰਚ ਗਏ ਹਾਂ। ਗੱਡੀਆਂ ਆਪਾਂ ਲਾ ਰਹੇ ਹਾਂ, ਵਾਰ ਵਾਰ ਪਾਣੀ ਮਾਰ ਰਹੇ ਹਾਂ ਅਤੇ ਕਾਬੂ ਪਾ ਰਹੇ ਹਾਂ, ਅੱਗ ਬਹੁਤ ਜ਼ਿਆਦਾ ਵਾ। ਸਾਰੇ ਨੁਕਸਾਨ ਹੋ ਗਿਆ? ਨੁਕਸਾਨ ਬਹੁਤ ਹੋ ਗਿਆ। ਕਿੰਨੀਆਂ ਟਰਾਲੀਆਂ ਨੁਕਸਾਨ ਹੋਇਆ ਜੀ? ਧੰਨਵਾਦ ਬਹੁਤ ਬਹੁਤ।